ਤੁਹਾਡੇ ਕੀ ਐਸੀ ਖਾਸ ਚੀਜ਼ ਹੈ ਵੀ ਤੁਸੀਂ ਇੱਕ ਫਿਰ ਦੋ ਫਿਰ ਤਿੰਨ EMC ਫਿਰ ਚਾਰ ਫਿਰ ਇਸ ਤਰ੍ਹਾਂ ਵੱਧਦੇ ਜਾ ਰਹੇ ਹੋ, ਮਤਲਬ ਕਾਰਵਾਂ ਵੱਧਦਾ ਜਾ ਰਿਹਾ? ਬਿਲਡਿੰਗ ਦੇ ਨਾਲ ਹੋਸਪਿਟਲ ਦਾ ਚੱਲਣਾ ਨਹੀਂ ਹੈ ਜੀ, ਕਿ ਉਹ ਇੱਕ ਹੋਸਪਿਟਲ ਜਿਹੜਾ ਹੈ ਉਹਦੇ ਵਿੱਚ ਸਾਰੀ ਫੈਸਿਲਿਟੀਜ਼ ਹੈ ਜੀ, ਕਿ ਉਹ ਫੁੱਲ ਆਕਿਊਪੈਂਸੀ 'ਤੇ ਚੱਲ ਰਿਹਾ? ਮੈਂ ਕਹਾਂ ਜੀ ਅੱਜ ਮੇਰਾ ਆਪਣਾ ਹੀ ਜਿਹੜਾ ਐਗਜਿਸਟਿੰਗ ਸੈਂਟਰ ਹੈ ਉਹ 50% ਆਕਿਊਪੈਂਸੀ 'ਤੇ ਹੈ, ਐਂਡ ਮੈਂ ਸੋਚ ਰਿਹਾ ਕਿ ਮੈਂ ਇੱਕ ਹੋਰ ਹੋਸਪਿਟਲ ਲੈ ਲਾਂ, ਐਂਡ ਆਈ ਸ਼ੁੱਡ ਰਨ ਇਟ ਐਜ਼ ਅ ਡਾਕਟਰ ਐਂਡ ਐਜ਼ ਅ ਮੈਨੇਜੀਰੀਅਲ ਥਿੰਗ ਆਲਸੋ। ਉਹ ਮੈਨੂੰ ਲੱਗਦਾ ਕੁਛ ਠੀਕ ਨਹੀਂ ਰਹੇ। ਇਹ ਮੇਰਾ ਆਦਤ ਹੈ ਜੀ, ਮੈਂ ਜੇ ਰੂਮ 'ਚ ਜਾ ਰਿਹਾ ਅਤੇ ਮੈਂ ਆਪਣਾ ਇਲੈਕਟ੍ਰੀਸ਼ੀਅਨ, ਆਪਣਾ ਪਲੰਬਰ, ਆਪਣਾ ਸੁਪਰਵਾਈਜ਼ਰ, ਆਪਣਾ ਨਰਸਿੰਗ ਸਟਾਫ, ਮੈਂ ਸਾਰਾ ਹੀ ਆਪਣੇ ਨਾਲ ਲੈ ਕੇ ਜਾਣਾ। ਐਂਡ ਮੀਨਵਾਈਲ ਮੈਂ ਆਈ ਲਾਈਕ ਕਿ ਮੈਂ ਆਪ ਜਾ ਕੇ ਜੀ ਉਹ ਬਾਥਰੂਮ ਵੀ ਜੇ ਉਹਦਾ ਹੈ ਨਾ ਮਰੀਜ਼ ਦਾ, ਉਹ ਚੈੱਕ ਕਰਾਂ ਕਿ ਯਾਰ ਵਾਸ਼ ਬੇਸਿਨ ਕਲੀਨ ਹੈ, ਫਰਸ਼ ਕਲੀਨ ਹੈ, ਐਵਰੀਥਿੰਗ ਇਜ਼ ਕਲੀਨ, ਕੋਈ ਅਰੋਮਾ ਤਾਂ ਨਹੀਂ ਹੈ, ਬੈਡ ਸਮੈਲ ਤਾਂ ਨਹੀਂ ਹੈ, ਟ੍ਰੀਟਮੈਂਟ ਚੱਲ ਰਿਹਾ ਪੇਸ਼ੈਂਟ ਦਾ ਕਿ ਨਹੀਂ ਚੱਲ ਰਿਹਾ? ਮਤਲਬ ਅਕੋਰਡਿੰਗ ਟੂ ਯੂ, ਮਤਲਬ ਕਿਸੇ ਨੂੰ ਜੇ ਪੇਸ਼ੈਂਟ ਨੂੰ ਹਾਰਟ ਅਟੈਕ ਹੋ ਗਿਆ, ਤੁਹਾਡੇ ਕੋਲ ਰਾਤ ਨੂੰ ਵੀ ਡਾਕਟਰ ਅਵੇਲੇਬਲ ਹੈ, ਮਤਲਬ ਉਹਨੂੰ ਫੋਨ ਕਰਕੇ ਨਹੀਂ ਬੁਲਾਉਣਾ ਪਏਗਾ ਵੀ ਡਾਕਟਰ ਸਾਹਿਬ? 100% EMC ਦੀ ਸਫਲਤਾ ਦਾ ਰਾਜ ਕੀ ਹੈ ਕਿ ਜੇ ਰਾਤ ਨੂੰ ਕੋਈ ਬੱਚਾ ਜਾਂ ਟਰੋਮਾ ਨਾਲ ਆ ਗਿਆ ਜਾਂ ਬਿਮਾਰ ਆ ਗਿਆ, ਪਰ ਰਾਤ ਨੂੰ ਜਿਹੜਾ ਮਰੀਜ਼ ਬਿਮਾਰ ਹੁੰਦਾ ਉਹਦੀ ਜੇਬ 'ਚ ਪੈਸੇ ਨਹੀਂ ਹੁੰਦੇ ਜਾਂ ਬੈਂਕ 'ਚ ਹੁੰਦੇ, ਤਾਂ ਉਹਦੇ ਕੋਲ ਪੈਸੇ ਨਹੀਂ ਮੰਗੇ ਜਾਂਦੇ। ਅਸੀਂ ਟਰੋਮਾ ਕ੍ਰਿਟਲ ਕਰਦੇ ਹਾਂ, ਟਰੋਮਾ ਵਾਸਤੇ ਸਾਡੇ ਕੋਲ ਡਾਕਟਰ ਸਾਹਿਲ ਨੇ ਜਿਹੜੇ MCH ਟਰੋਮਾ ਕ੍ਰਿਟੀਕਲ ਕੇਅਰ ਨੇ, ਹੀ ਇਜ਼ ਦਾ ਓਨਲੀ ਵਨ ਇਨ ਪੰਜਾਬ ਜੀ ਜਿਹੜਾ ਟਰੋਮਾ ਹੈਂਡਲ ਕਰ ਸਕਦਾ ਕਿਸੇ ਵੀ ਤਰ੍ਹਾਂ। ਦੀਪਕ ਭੰਡਾਰੀ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਹੈ, ਅਤੇ ਸਾਡਾ ਅੱਜ ਵਿਸ਼ੇਸ਼ ਪ੍ਰੋਗਰਾਮ ਹੈ ਸ਼ਖਸੀਅਤ ਨੂੰ ਲੈ ਕੇ। ਸ਼ਖਸੀਅਤ ਦੇ ਵਿੱਚ ਤੁਹਾਡੀ ਇੰਟਰੋਡਕਸ਼ਨ ਕਰਾਉਣ ਜਾ ਰਹੇ ਹਾਂ ਅਸੀਂ EMC ਗਰੁੱਪ ਆਫ ਹੋਸਪਿਟਲ ਦੇ ਡਾਇਰੈਕਟਰ ਨੇ ਡਾਕਟਰ ਰਿਸ਼ਭ ਅਰੋੜਾ। ਡਾਕਟਰ ਸਾਹਿਬ ਨਮਸਕਾਰ। ਨਮਸਕਾਰ ਜੀ। ਡਾਕਟਰ ਸਾਹਿਬ, EMC ਹੋਸਪਿਟਲ ਅੱਜ ਤੋਂ ਮੇਰਾ ਖਿਆਲ ਜੇ ਮੈਂ ਗਲਤ ਨਹੀਂ ਹਾਂ ਤਾਂ 20-25 ਸਾਲ ਪਹਿਲੇ ਸ਼ੁਰੂ ਹੋਇਆ ਸੀ। ਜਿਸ ਬੁਲੰਦੀਆਂ 'ਤੇ EMC ਹੋਸਪਿਟਲ ਪਹੁੰਚਿਆ, ਇੱਕ ਤੋਂ ਸ਼ੁਰੂ ਹੋ ਕੇ 10 ਸ਼ਾਇਦ ਹੋਸਪਿਟਲ ਨੇ, ਅਤੇ ਬਹੁਤ ਸਾਰੇ ਪ੍ਰੋਫੈਸ਼ਨਲ ਜੈਲਸੀਜ਼ ਵੀ ਕਈਆਂ ਨੂੰ ਹੋਣੀਆਂ, ਅਤੇ ਸਫਲਤਾ ਦਾ ਰਾਜ ਕੀ EMC ਹੋਸਪਿਟਲ ਦਾ ਇੱਥੇ ਤੱਕ ਪਹੁੰਚਣ ਦਾ? ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਐਂਡ ਅੱਜ ਬੜੀ ਖੁਸ਼ੀ ਹੋ ਰਹੀ ਹੈ ਕਿ ਤੁਸੀਂ ਅੱਜ ਮੇਰਾ ਇੰਟਰਵਿਊ ਲੈ ਰਹੇ ਹੋ। ਸੋ EMC ਗਰੁੱਪ ਦਾ ਇਸ ਲੈਵਲ 'ਤੇ ਪਹੁੰਚਣ ਦਾ ਰਾਜ਼ ਹੈ ਉਸ ਦੀ ਫੈਕਲਟੀ ਜੀ, ਜਿਹੜੇ ਡਾਕਟਰਸ ਉਹਦੇ ਕੋਲ ਨੇ, ਦੈਟ ਇਜ਼ ਦਾ ਮੇਨ ਸੀਕਰੇਟ। ਐਂਡ ਉਹ ਸਾਰੇ ਇੱਕ ਸਟਾਫ ਨੂੰ ਐਜ਼ ਅ ਪਰਿਵਾਰ ਲੈ ਕੇ ਚੱਲਣਾ ਸਭ ਤੋਂ ਮੇਨ ਚੀਜ਼ ਉਹ ਹੈ ਜੀ। ਐਂਡ ਜਿਹੜਾ ਫੋਲੋ ਅਪ ਹੈ, ਰਾਤ ਦੀ ਪਲੈਨਿੰਗ ਹੈ, ਸਵੇਰੇ ਆ ਕੇ ਉਹਨੂੰ ਫੋਲੋ ਅਪ ਕਰਨਾ, ਉਹ ਸਭ ਤੋਂ ਇੰਪੋਰਟੈਂਟ ਹੈ। ਮੈਂ ਅੱਜ ਕਿਸੇ ਨੂੰ ਕੰਮ ਦੇ ਤਾ ਅਤੇ ਨੈਕਸਟ ਮੋਰਨਿੰਗ ਆ ਕੇ ਮੈਂ ਫੋਲੋ ਅਪ ਹੀ ਨਹੀਂ ਕੀਤਾ, ਦੈਟ ਵਰਕ ਵਿਲ ਨੋਟ ਬੀ ਡਨ। ਡਾਕਟਰ ਸਾਹਿਬ, ਇਹ ਜਿਹੜੀਆਂ ਚੀਜ਼ਾਂ ਤੁਸੀਂ ਦੱਸ ਰਹੇ ਹੋ, ਦੇਖੋ ਇਹ ਸਭ ਹਰ ਬੰਦਾ ਇਸ ਤਰ੍ਹਾਂ ਕਰਦਾ, ਹਰ ਹੋਸਪਿਟਲ ਮੈਨੇਜਮੈਂਟ ਦੇਖੋ ਹਰ ਹੋਸਪਿਟਲ ਦੇ ਵਿੱਚ, ਵੀ ਤੁਹਾਡੇ ਕੀ ਐਸੀ ਖਾਸ ਚੀਜ਼ ਹੈ ਵੀ ਤੁਸੀਂ ਇੱਕ ਫਿਰ ਦੋ ਫਿਰ ਤਿੰਨ EMC ਫਿਰ ਚਾਰ ਫਿਰ ਇਸ ਤਰ੍ਹਾਂ ਵੱਧਦੇ ਜਾ ਰਹੇ ਹੋ, ਮਤਲਬ ਕਾਰਵਾਂ ਵੱਧਦਾ ਜਾ ਰਿਹਾ? ਦੇਖੋ, ਹੋਸਪਿਟਲ ਜ਼ਿਆਦਾ ਹੋਣਾ ਕੋਈ ਇੰਨੀ ਵੱਡੀ ਗੱਲ ਨਹੀਂ ਹੈ, ਬਟ ਉਹ ਹੋਸਪਿਟਲ ਕਿੰਨੇ ਇਸਟੈਬਲਿਸ਼ਡ ਨੇ ਜੀ, ਮੈਂ ਕਹਿੰਦਾ ਅੱਜ ਮੇਰੇ ਮਲਟੀਪਲ ਹੋਸਪਿਟਲ ਨੇ, ਪਰ ਉਹ ਸਾਰੇ ਦਾ ਵਰਕਲੋਡ ਕਿੰਨਾ। ਬਿਲਡਿੰਗ ਦੇ ਨਾਲ ਹੋਸਪਿਟਲ ਦਾ ਚੱਲਣਾ ਨਹੀਂ ਹੈ ਜੀ, ਕਿ ਉਹ ਇੱਕ ਹੋਸਪਿਟਲ ਜਿਹੜਾ ਹੈ ਉਹਦੇ ਵਿੱਚ ਸਾਰੀ ਫੈਸਿਲਿਟੀਜ਼ ਹੈ ਜੀ, ਕਿ ਉਹ ਫੁੱਲ ਆਕਿਊਪੈਂਸੀ 'ਤੇ ਚੱਲ ਰਿਹਾ। ਮੈਂ ਕਹਾਂ ਜੀ ਅੱਜ ਮੇਰਾ ਆਪਣਾ ਹੀ ਜਿਹੜਾ ਐਗਜਿਸਟਿੰਗ ਸੈਂਟਰ ਹੈ ਉਹ 50% ਆਕਿਊਪੈਂਸੀ 'ਤੇ ਹੈ, ਐਂਡ ਮੈਂ ਸੋਚ ਰਿਹਾ ਕਿ ਮੈਂ ਇੱਕ ਹੋਰ ਹੋਸਪਿਟਲ ਲੈ ਲਾਂ, ਐਂਡ ਆਈ ਸ਼ੁੱਡ ਰਨ ਇਟ ਐਜ਼ ਅ ਡਾਕਟਰ ਐਂਡ ਐਜ਼ ਅ ਮੈਨੇਜੀਰੀਅਲ ਥਿੰਗ ਆਲਸੋ। ਉਹ ਮੈਨੂੰ ਲੱਗਦਾ ਕੁਛ ਠੀਕ ਨਹੀਂ ਰਹੇਗਾ। ਡਾਕਟਰ ਸਾਹਿਬ, ਤੁਹਾਡੇ ਫਾਦਰ ਪਵਨ ਅਰੋੜਾ ਉਹ ਮੈਡੀਕਲ ਬੈਕਗਰਾਊਂਡ 'ਚੋਂ ਨਹੀਂ ਹੈ, ਫਿਰ ਵੀ ਇੱਕ ਸਫਲ ਬਿਜ਼ਨਸਮੈਨ ਨੇ ਹੁਣ ਮੈਡੀਕਲ ਦੇ ਫੀਲਡ ਦੇ ਵਿੱਚ, ਅਤੇ ਕਦੀ ਇਸ ਤਰ੍ਹਾਂ ਦੀ ਵੀ ਸੁਣਨ ਨੂੰ ਮਿਲਿਆ ਜੀ ਜੈਲਸੀ ਟਾਈਪ ਆਫ ਬਾਜ਼ਾਰ ਦੇ ਵਿੱਚ, ਵੀ ਇਹ ਕਹਿੰਦੇ ਵੀ ਇਹ ਅੱਗੇ ਵਧੀ ਜਾਂਦਾ, ਪਤਾ ਨਹੀਂ ਕੀ ਇਹਦੇ ਕੋਲ ਕਿਹੜੀ ਗਿੱਦੜ ਸੀਗੀ ਹੈ।
ਬਿਲਕੁਲ ਜੀ, ਦੇਖੋ ਮੈਂ ਵੀ ਇਹ ਸੁਣ ਸੁਣ ਕੇ ਵੱਡਾ ਹੋਇਆ, ਬਿਕੋਜ਼ ਇੰਨੀਆਂ ਹਾਰਡਸ਼ਿਪਸ ਉਹਨਾਂ ਨੂੰ ਕਰਨੀ ਪਈਆਂ, ਮੇਰੇ ਫਾਦਰ ਨੂੰ ਇੰਨੀ ਹਾਰਡਸ਼ਿਪਸ ਕਰਨੀ ਪਈਆਂ ਕਿ ਜਿੰਨੀਆਂ ਸਾਨੂੰ ਨਹੀਂ ਕਰਨੀ ਪਈਆਂ ਜੀ। ਅਸੀਂ ਇੱਕ MBBS ਕਰਦੇ ਹਾਂ, ਉਹਨੂੰ 6 ਸਾਲ ਲੱਗ ਜਾਂਦੇ ਆ, ਅੱਗੇ MD ਕਰਦੇ ਆ 3 ਸਾਲ ਲੱਗ ਜਾਂਦੇ ਆ, ਫਿਰ DM ਕਰਦੇ ਆ, ਫਿਰ 2 ਸਾਲ ਲੱਗ ਜਾਂਦੇ ਆ, ਇਹ ਕੁੱਲ ਮਿਲਾ ਕੇ 10 ਸਾਲ ਹੁੰਦੇ, 11 ਸਾਲ ਹੋ ਗਏ, 10 ਜਾਂ 11 ਸਾਲ ਜੀ ਜੀ। ਸੋ EMC 2002 ਦਾ ਚੱਲ ਰਿਹਾ ਐਂਡ ਮਾਈ ਫਾਦਰ ਇਜ਼ ਇਨਵੋਲਵਡ ਇਨ ਐਵਰੀ ਮਾਈਨਿਊਟ ਵਰਕ, ਅਤੇ 2022 ਤੋਂ ਲੈ ਕੇ ਤੁਸੀਂ ਹੁਣ 2024 ਤੱਕ ਲਾਓ, ਕੁੱਲ ਮੈਨੂੰ ਲੱਗਦਾ 22 ਸਾਲ ਹੋ ਜਾਂਦੇ ਜੀ। ਸੋ ਇੰਨਾ ਐਕਸਪੋਜ਼ਰ, ਜਿਹੜਾ ਐਕਸਪੋਜ਼ਰ ਹੈ, ਜਿਹੜੇ ਮਰੀਜ਼ ਨੇ, ਉਹਦੇ ਅਟੈਂਡੈਂਟ ਨੇ, ਤੁਹਾਡਾ ਸਟਾਫ ਹੈ, ਉਹ ਤੁਹਾਨੂੰ ਡੇ ਟੂ ਡੇ ਸਿਖਾਉਂਦਾ, ਯੂ ਲਰਨ ਐਵਰੀ ਡੇ ਜੀ। ਤਾਂ ਇਹ ਇਸ ਤਰ੍ਹਾਂ ਦਾ ਹੀ ਕੁਛ ਉਹਨਾਂ ਦੇ ਨਾਲ ਹੈ, ਬਿਕੋਜ਼ ਹੀ ਇਜ਼ ਅ ਹਾਰਡ ਵਰਕਿੰਗ ਪਰਸਨ। ਸੋ ਵਟ ਐਵਰ ਦ EMC ਗਰੁੱਪ ਟੂਡੇ ਇਜ਼, ਇਟ ਇਜ਼ ਡਿਊ ਟੂ ਮਿਸਟਰ ਪਵਨ ਅਰੋੜਾ, ਮਾਈ ਫਾਦਰ ਓਨਲੀ। ਅੱਛਾ ਡਾਕਟਰ ਸਾਹਿਬ, ਤੁਸੀਂ ਡਾਕਟਰ ਵੀ ਹੋ ਅਤੇ ਕਾਫੀ ਸਾਰੀ ਮੈਨੇਜਮੈਂਟ ਵੀ ਤੁਹਾਨੂੰ ਕਰਨੀ ਪੈਂਦੀ ਹੈ, ਅਤੇ ਜੇ ਅਸੀਂ ਡਿਵਾਈਡ ਕਰੀਏ ਵੀ ਕੀ ਰਿਸਪੋਂਸੀਬਿਲਟੀਜ਼ ਡਾਕਟਰ ਰਿਸ਼ਭ ਨੂੰ ਦਿੱਤੀਆਂ ਗਈਆਂ ਐਜ਼ ਏ ਐਡਮਿਨਿਸਟ੍ਰੇਟਰ, ਅਤੇ ਕਿਵੇਂ ਜਸਟੀਫਾਈ ਕਰਦੇ ਹੋ ਆਪਣੇ ਪੇਸ਼ੈਂਟ ਨੂੰ? ਦੇਖੋ ਜੀ, ਇਹਦੇ ਵਾਸਤੇ ਕੀ ਕੀਤਾ ਹੈ ਕਿ ਅਸੀਂ 4 ਮੈਂਬਰ ਆ, 5 ਮੈਂਬਰ ਆ, ਬਿਕੋਜ਼ ਮਾਈ ਯੰਗਰ ਬ੍ਰਦਰ ਇਜ਼ ਡੂਇੰਗ MD ਨਾਓ ਜੀ, ਅਤੇ ਅਸੀਂ ਹਜੇ ਤਾਂ ਘਰ 4 ਹੀ ਨੇ ਮੇਰੀ ਵਾਈਫ ਨੂੰ ਪਾ ਕੇ, ਐਂਡ ਵੀ ਹੈਵ ਡਿਵਾਈਡਡ ਦ ਡਿਪਾਰਟਮੈਂਟਸ ਜੀ, ਬਿਕੋਜ਼ ਇੱਕ ਬੰਦਾ ਜਿਹੜਾ ਹੈ ਉਹ ਸਾਰਾ ਕੰਮ ਨਹੀਂ ਕਰ ਸਕਦਾ ਜੀ, ਅਤੇ ਡਿਵਾਈਡ ਕਰਨ ਨਾਲ ਕੀ ਹੈ ਕਿ ਹੁਣ ਜਿੱਦਾਂ ਪਰਚੇਜ਼ਿੰਗ ਹੈ, ਐਡਮਿਨ ਪਾਰਟ ਹੈ, ਹੁਣ ਮੈਨੂੰ ਐਡਮਿਨ ਦੇ ਨਾਲ ਨਾਲ ਪੇਸ਼ੈਂਟ ਦਾ ਰਾਊਂਡ ਵੀ ਦੇਖਣਾ ਹੈ, ਮੈਡੀਕਲ ਪਾਰਟ ਵੀ ਦੇਖਣਾ ਹੈ, ਇਕਿਪਮੈਂਟਸ ਦੇਖਣੇ ਹੈ ਕਿ ਮੇਰਾ ਸੈਂਟਰ ਜਿਹੜਾ ਫੁੱਲੀ ਇਕਿਪਡ ਹੈ ਕਿ ਨਹੀਂ ਹੈ, ਕੋਈ ਮਾਈਕਰੋਸਕੋਪ ਦੀ ਕਮੀ ਤਾਂ ਨਹੀਂ ਹੈ, ਅਪਗ੍ਰੇਡੇਸ਼ਨ ਦੀ ਕਮੀ ਤਾਂ ਨਹੀਂ ਹੈ। ਸੋ ਇਹ ਸਾਰਾ ਕੁਛ ਓਵਰਆਲ ਹਾਊਸਕੀਪਿੰਗ, ਨਰਸਿੰਗ, ਸਟਾਫ ਦੀ ਇੰਸ਼ੋਰੈਂਸ ਕਿ ਉਹਦੀ ਅਟੈਂਡੈਂਸ ਪੂਰੀ ਹੈ, ਇਹ ਸਾਰਾ ਕੁਛ ਆਈ ਹੈਵ ਟੂ ਸੀ। ਮਤਲਬ ਡਾਕਟਰ ਦੇ ਮਰੀਜ਼ਾਂ ਦੇ ਨਾਲ ਨਾਲ ਤੁਸੀਂ ਪੂਰਾ ਐਡਮਿਨਿਸਟ੍ਰੇਟਿਵ ਪਾਰਟ, ਸਫਾਈ ਹੋਈ ਹੈ ਕਿ ਨਹੀਂ ਹੋਈ, ਕਿਤੇ ਲੀਕੇਜ ਤਾਂ ਨਹੀਂ ਹੈ, ਵੀ ਰੂਮ ਗੰਦਾ ਤਾਂ ਨਹੀਂ ਹੈ, ਇਹ ਸਾਰੀ ਚੀਜ਼ਾਂ ਦਾ ਵੀ ਖਿਆਲ ਤੁਸੀਂ ਰੱਖਦੇ ਹੋ? ਇਹ ਮੇਰਾ ਆਦਤ ਹੈ ਜੀ, ਮੈਂ ਜੇ ਰੂਮ 'ਚ ਜਾ ਰਿਹਾ ਤਾਂ ਮੈਂ ਆਪਣਾ ਇਲੈਕਟ੍ਰੀਸ਼ੀਅਨ, ਆਪਣਾ ਪਲੰਬਰ, ਆਪਣਾ ਸੁਪਰਵਾਈਜ਼ਰ, ਆਪਣਾ ਨਰਸਿੰਗ ਸਟਾਫ, ਮੈਂ ਸਾਰਾ ਹੀ ਆਪਣੇ ਨਾਲ ਲੈ ਕੇ ਜਾਣਾ, ਐਂਡ ਮੀਨਵਾਈਲ ਮੈਂ ਆਈ ਲਾਈਕ ਕਿ ਮੈਂ ਆਪ ਜਾ ਕੇ ਜੀ ਉਹ ਬਾਥਰੂਮ ਵੀ ਜੇ ਉਹਦਾ ਹੈ ਨਾ ਮਰੀਜ਼ ਦਾ, ਉਹ ਚੈੱਕ ਕਰਾਂ ਕਿ ਯਾਰ ਵਾਸ਼ ਬੇਸਿਨ ਕਲੀਨ ਹੈ, ਫਰਸ਼ ਕਲੀਨ ਹੈ, ਐਵਰੀਥਿੰਗ ਇਜ਼ ਕਲੀਨ, ਕੋਈ ਅਰੋਮਾ ਤਾਂ ਨਹੀਂ ਹੈ, ਬੈਡ ਸਮੈਲ ਤਾਂ ਨਹੀਂ ਹੈ, ਟ੍ਰੀਟਮੈਂਟ ਚੱਲ ਰਿਹਾ ਪੇਸ਼ੈਂਟ ਦਾ ਕਿ ਨਹੀਂ ਚੱਲ ਰਿਹਾ, ਕ੍ਰੋਸ ਕੰਸਲਟੇਸ਼ਨ ਹੋ ਰਹੀ ਹੈ ਕਿ ਨਹੀਂ ਹੋ ਰਹੀ, ਇਹ ਸਾਰੀ ਚੀਜ਼ ਦਾ ਮੈਂ ਆਪ ਧਿਆਨ ਰੱਖਦਾ, ਐਂਡ ਦਿਸ ਇਜ਼ ਆਲਸੋ ਅ ਰੀਜ਼ਨ ਫੋਰ ਦ ਰਾਈਜ਼ ਆਫ EMC ਗਰੁੱਪ। ਡਾਕਟਰ ਸਾਹਿਬ, ਕਿਹੜੀ ਕਿਹੜੀ ਸਪੈਸ਼ਲਿਟੀਜ਼ ਤੁਹਾਡੇ ਕੋਲ ਇਸ ਵੇਲੇ ਹੈਗੀਆਂ? ਦੇਖੋ, EMC ਡੀਲ ਕਰਦਾ ਹੈ ਟਰਸ਼ਰੀ ਕੇਅਰ ਸੈਂਟਰ 'ਚ ਜੀ, ਅਤੇ ਜਿੱਦਾਂ ਵੀ ਬਾਕੀ ਡਾਕਟਰਸ ਵੀ ਨੇ ਉਹ ਵੀ ਬੜਾ ਵਧੀਆ ਇਲਾਜ ਕਰ ਰਹੇ ਨੇ, ਪਰ ਸਾਡੇ ਕੋਲ ਜਿਹੜਾ ਮਰੀਜ਼ ਆਉਂਦਾ ਉਹ ਮਲਟੀਪਲ ਜਗ੍ਹਾ ਤੋਂ ਜਵਾਬ ਲੈ ਕੇ ਆਇਆ ਹੁੰਦਾ ਜੀ। ਸੋ ਜਿੱਦਾਂ ਆਪਾਂ ਲੈ ਲਈਏ ਹੁਣ ਕਾਰਡੀਓਲੋਜੀ ਹੈ, ਕਾਰਡੀਓਲੋਜੀ ਲਈ ਸਾਡੇ ਕੋਲ ਇੱਥੇ 2 ਡਾਕਟਰ ਨੇ ਜਿਹੜੇ ਇਨ ਹਾਊਸ ਨੇ, ਮਤਲਬ ਸਾਡਾ ਇੱਕ ਮੋਟੋ ਹੈ ਹੋਸਪਿਟਲ ਦਾ, ਅਸੀਂ ਔਨ ਕਾਲ ਡਾਕਟਰ ਨਹੀਂ ਬੁਲਾਉਂਦੇ, ਸਾਡੇ ਕੋਲ ਇਨ ਹਾਊਸ ਡਾਕਟਰਸ ਨੇ ਜੋ ਕਿ 24/7 ਅਵੇਲੇਬਲ ਹੈ ਜੀ, ਕਿ ਰਾਤ ਨੂੰ ਅਗਰ ਕਿਸੇ ਨੂੰ ਹਾਰਟ ਅਟੈਕ ਆ ਗਿਆ ਜੀ, ਅਤੇ ਉਹਦਾ ਵਿੰਡੋ ਪੀਰੀਅਡ ਹੈ ਕਿ ਉਸ ਵਿੰਡੋ ਪੀਰੀਅਡ 'ਚ ਉਹ ਮਰੀਜ਼ ਨੂੰ ਉਹ ਟ੍ਰੀਟਮੈਂਟ ਮਿਲ ਜਾਏ, ਉਹਦੀ ਐਂਜੀਓਗ੍ਰਾਫੀ ਹੋ ਜਾਏ, ਜੇ ਉਹਨੂੰ ਪ੍ਰੋਬਲਮ ਹੈ ਤਾਂ ਸਟੰਟਿੰਗ ਹੋ ਜਾਏ ਜੀ, ਅਤੇ ਜੇ ਕਿਸੇ ਦੀ ਮਰੀਜ਼ ਦੀ ਜਾਨ ਬਚ ਰਹੀ ਉਸ ਵਿੰਡੋ ਪੀਰੀਅਡ, ਤਾਂ ਮੈਨੂੰ ਲੱਗਦਾ ਉਹ ਤੋਂ ਵਧੀਆ ਕੋਈ ਹੋਰ ਗੱਲ ਹੀ ਨਹੀਂ ਹੈ। ਸੋ ਕਾਰਡੀਓਲੋਜੀ ਅਸੀਂ ਡੀਲ ਕਰ ਰਹੇ ਹਾਂ, ਸਾਡੇ ਜਿੱਥੇ ਬੈਠੇ ਐਗਜ਼ਿਸਟਿੰਗ ਸੈਂਟਰ 'ਚ 2 ਕੈਥ ਲੈਬਸ ਨੇ, ਇਸ ਤਰ੍ਹਾਂ ਮਲਟੀਪਲ ਕੈਥ ਲੈਬ ਸਾਡੇ ਹਰ ਸੈਂਟਰ 'ਚ ਹੈ। ਫਿਰ ਅਸੀਂ ਆ ਜਾਈਏ ਨੈਫਰੋਲੋਜੀ 'ਚ, ਨੈਫਰੋਲੋਜੀ ਸਾਡੇ ਕੋਲ ਡਾਇਲਸਿਸ ਸੈਂਟਰ ਵੈਲ ਇਕਵਿਪਡ ਨੇ, ਈਵਨ ਸਲੈਡ ਮਸ਼ੀਨ ਹੈ ਜਿਹੜੀ ਸਲੋਅ ਡਾਇਲਸਿਸ ਕਰਦੀ ਹੈ, ਇਹ ਅਜੇ ਤੱਕ ਅੰਮ੍ਰਿਤਸਰ ਕਿਸੇ ਕੋਲ ਨਹੀਂ ਹੈ ਜੀ। ਐਂਡ ਡਾਕਟਰ ਚੇਤਨ ਮਹਾਜਨ ਨੇ ਜਿਹੜੇ DM ਨੈਫਰੋਲੋਜਿਸਟ ਨੇ,
ਸੋ ਸਾਡੇ ਕੋਲ AKI CKD ਪੇਸ਼ੈਂਟਸ ਦਾ ਬਹੁਤ ਹੀ ਜ਼ਿਆਦਾ ਜ਼ੋਰ ਰਹਿੰਦਾ ਹੈ। ਮਤਲਬ ਅਕੋਰਡਿੰਗ ਟੂ ਯੂ, ਮਤਲਬ ਕਿਸੇ ਨੂੰ ਜੇ ਪੇਸ਼ੈਂਟ ਨੂੰ ਹਾਰਟ ਅਟੈਕ ਹੋ ਗਿਆ, ਤੁਹਾਡੇ ਕੋਲ ਰਾਤ ਨੂੰ ਵੀ ਡਾਕਟਰ ਅਵੇਲੇਬਲ ਹੈ, ਮਤਲਬ ਉਹਨੂੰ ਫੋਨ ਕਰਕੇ ਨਹੀਂ ਬੁਲਾਉਣਾ ਪਏਗਾ ਵੀ ਡਾਕਟਰ ਸਾਹਿਬ? 100% ਬਿਕੋਜ਼ ਉਹ ਗਰੁੱਪਸ ਬਣ ਰੱਖੇ ਹਰ ਇੱਕ ਦੇ, ਐਂਡ ਜੋ ਵੀ ਪੇਸ਼ੈਂਟ ਆਇਆ ਉਹਦਾ ਡਾਟਾ ਉਸ ਗਰੁੱਪ 'ਤੇ ਪੋਸਟ ਹੋ ਜਾਣਾ ਹੈ। ਜੇ ਉਹ ਪੋਸਟ ਹੋ ਗਿਆ, ਦੈਟ ਮੀਨਸ ਨਾਓ ਦਾ ਲਾਇਬਿਲਿਟੀ ਇਜ਼ ਹੈਂਡ ਇਨ ਦਾ ਡਾਕਟਰ ਦੇ ਹੱਥ 'ਚ, ਹੁਣ ਉਹਨੂੰ ਆਉਣਾ ਹੀ ਪੈਣਾ, ਅਤੇ ਕੋਈ ਆਪਸ਼ਨ ਨਹੀਂ ਹੈ। ਡਾਕਟਰ ਸਾਹਿਬ, ਕਦੀ ਤੁਹਾਡੇ ਮਨ 'ਚ ਨਹੀਂ ਆਇਆ, ਤੁਸੀਂ MBBS ਕੀਤੀ, ਉਸ ਤੋਂ ਬਾਅਦ ਤੁਸੀਂ FCCS ਕੀਤੀ, ਤੁਸੀਂ MD ਕਰ ਲੈਂਦੇ, ਕਿਉਂਕਿ ਇੰਨੇ ਸਾਰੇ ਹੋਸਪਿਟਲ ਚਲਾਉਣਾ ਕੋਈ ਸੌਖਾ ਕੰਮ ਨਹੀਂ? ਮੇਰੇ ਨਾਲ ਇਸ ਤਰ੍ਹਾਂ ਹੀ ਹੋਇਆ ਜੀ, ਆਈ ਵੁੱਡ ਰੈਦਰ ਲਵ ਟੂ ਡੂ ਅਗੇ MD ਐਂਡ ਦੈਨ DM, ਬਟ ਮੈਨੂੰ ਟਾਈਮ ਹੀ ਨਹੀਂ ਮਿਲਿਆ ਜੀ, ਐਂਡ ਆਈ ਵਾਜ ਇੰਡਲਜ ਇਨ ਟੂ ਮਾਈ ਮੈਰੇਜੀਰੀਅਲ ਥਿੰਗਸ ਐਂਡ ਮੈਡੀਕਲ ਪਾਰਟ ਆਲਸੋ। ਮਤਲਬ ਤੁਸੀਂ ਸਮਝਿਆ ਵੀ ਜੋ ਕਰਨਾ ਹੈ MD ਕਰਕੇ? ਬਿਲਕੁਲ, ਤੁਸੀਂ ਹੁਣੇ ਕਰ ਰਹੇ ਹੋ? ਮੈਂ ਹੁਣੇ ਕਰ ਹੀ ਰਿਹਾ ਜੀ, ਮੈਂ ICU ਦੇਖਦਾ ਜੀ ਪੂਰਾ ਫੁੱਲ ਫਲੈਜ ਕਿ ਮੇਰੇ ਪੇਸ਼ੈਂਟ ਦਾ ਕੀ ਹਾਲ ਹੈ, ਉਹਨਾਂ ਦੀ ABGs ਕੀ ਹੈ, ABG ਹੋਈ ਹੈ ਕਿ ਨਹੀਂ ਹੋਈ, ਐਕਸਰੇਜ਼ ਹੋਇਆ ਕਿ ਨਹੀਂ ਹੋਏ, ਕੋਈ ਡਿਵਾਈਸਿਸ ਪੈਣੀ ਹੈ, ਸੈਂਟਰ ਲਾਈਨ ਪੈਣੀ ਹੈ, ਹੋਈਆਂ ਕਿ ਨਹੀਂ ਹੋਇਆ, ਮੇਕ ਇਨਸ਼ੋਰ ਕਿ ਕੋਈ ਇਨਫੈਕਸ਼ਨ ਰੇਟ ਕੰਟਰੋਲ, ਇਨਫੈਕਸ਼ਨ ਕੰਟਰੋਲ ਕਿੰਨਾ ਹੈ ਮੇਰੇ ਹੋਸਪਿਟਲ 'ਚ, ਮੇਰੇ ICU 'ਚ ਕਿਤੇ ਕਲਚਰਸ ਹੋ ਰਹੇ ਹੈ ਕਿ ਨਹੀਂ ਹੋ ਰਹੇ, ਇਹ ਆਈ ਮੇਕ ਸ਼ੋਰ ਕਿ ਇਹ ਸਾਰਾ ਕੁਝ ਟਾਈਮ ਸਿਰ ਹੋ ਜਾਵੇ। ਪਰ ਸਭ ਇਸ ਪ੍ਰੋਫੈਸ਼ਨ ਦੇ ਵਿੱਚ ਮੈਲ ਪ੍ਰੈਕਟਿਸ ਦੇ ਵੀ ਬਹੁਤ ਆਰੋਪ ਲੱਗਦੇ ਹੈ ਜੀ, ਬਿਲਕੁਲ, ਤੁਹਾਨੂੰ ਕੀ ਲੱਗਦਾ ਕਿ ਮੈਲ ਪ੍ਰੈਕਟਿਸ ਇਜ਼ ਦੇਅਰ? ਦੇਖੋ, ਕੋਈ ਵੀ ਡਾਕਟਰ ਜਿਹੜਾ ਹੈ ਉਹ ਮੈਨੂੰ ਲੱਗਦਾ ਨਹੀਂ ਉਹ ਚਾਹੇਗਾ ਕਿ ਇੱਕ ਮਰੀਜ਼ ਦਾ ਬੁਰਾ ਹੋਵੇ ਜੀ, ਅਤੇ ਮੈਂ ਆਈ ਡੋਂਟ ਥਿੰਕ ਸੋ, ਬਟ ਇਹ ਹੈ ਕਿ ਜਿੱਦਾਂ ਕੋਈ NABH ਹੋਸਪਿਟਲ ਨੇ, ਵੱਡੇ ਹੋਸਪਿਟਲਸ ਹੁੰਦੇ ਆ, ਸੋ ਮਾਲ ਪ੍ਰੈਕਟਿਸ ਮੈਨੂੰ ਲੱਗਦਾ ਇਸ ਲੈਵਲ 'ਤੇ ਆ ਕੇ ਘੱਟ ਹੋ ਜਾਂਦੇ, ਬਿਕੋਜ਼ ਤੁਸੀਂ ਇੰਨੀ ਜਗ੍ਹਾ ਧਿਆਨ ਨਹੀਂ ਦੇ ਸਕਦੇ। ਅਤੇ ਡਾਕਟਰ ਸਾਹਿਬ, ਕਈ ਇਹ ਦੇਖੋ ਨਾ, ਆਮ ਤੌਰ 'ਤੇ ਆ ਕੇ ਬਈ ਪੇਸ਼ੈਂਟ ਤਾਂ ਚਾਹੁੰਦਾ, ਮੈਂ ਵੀ ਆਊਂਗਾ, ਮੈਂ ਕਹਾਂਗਾ ਮੈਨੂੰ VVIP ਟ੍ਰੀਟਮੈਂਟ ਚਾਹੀਦਾ, ਬਿਲਕੁਲ, ਪਰ ਜਦੋਂ ਪੈਸੇ ਦੇਣੇ ਪੈਂਦੇ ਉਹ ਕਹਿੰਦਾ ਫੈਸਿਲਿਟੀਆਂ ਤਾਜ ਦੀਆਂ ਅਤੇ ਪੈਸੇ ਢਾਬੇ ਦੇ। ਦੇਖੋ, ਇਸ ਤਰ੍ਹਾਂ ਦੀਆਂ ਚੀਜ਼ਾਂ, ਇਹ ਤਾਂ ਐਵਰੀ ਡੇ ਦੇਰ ਇਜ਼ ਅ ਚੈਲੇਂਜ, ਬਿਕੋਜ਼ ਫੈਸਿਲਿਟੀਜ਼ ਤਾਂ ਦੇਖੋ ਸਾਡਾ ਫਰਜ਼ ਹੈ ਦੇਣਾ, ਹੁਣ ਮਰੀਜ਼ ਸਾਡੇ ਕੋਲ ਆਇਆ ਆਪਾਂ ਨੂੰ ਫੈਸਿਲਿਟੀ ਦੇਣੀ ਪੈਣੀ ਹੈ। ਹਾਂਜੀ, ਹੁੰਦਾ ਹੈ, ਬਟ ਉਹਦੇ ਵਾਸਤੇ ਫਿਰ ਅਸੀਂ ਲੈਸ ਵੀ ਕਰ ਦਈ ਦੀ ਅਕੋਰਡਿੰਗ ਪੇਸ਼ੈਂਟ ਟੂ ਪੇਸ਼ੈਂਟ ਕਿ ਕਿਸ ਤਰ੍ਹਾਂ ਦਾ ਮਰੀਜ਼ ਹੈ, ਕਿ ਵਾਕਈ ਯਾਰ ਉਹਦੇ ਕੋਲ ਪੈਸਾ ਨਹੀਂ ਹੈ, ਜੇ ਨਹੀਂ ਹੈ ਤਾਂ ਅਸੀਂ ਉਹਦਾ ਕਰਤਾ ਮਤਲਬ ਵੇਚ ਨਹੀਂ ਦਿਆਂਗੇ, ਅਤੇ ਜੇ ਅਸੀਂ 100 ਚੋਂ ਇੱਕ ਮਰੀਜ਼ ਨੂੰ ਛੱਡ ਵੀ ਦਿਆਂਗੇ, ਮੈਨੂੰ ਲੱਗਦਾ ਨਹੀਂ ਕੋਈ ਇੰਨਾ ਮੇਜਰ ਡਿਫਰੈਂਸ ਪਰਨਾਲਾ ਰੱਖਿਆ। ਉਹ ਹੈਗਾ ਜੀ, ਬਿਲਕੁਲ ਹੈਗਾ, ਇਹ ਨਹੀਂ ਲੈਂਟਰ 'ਚ ਹੋਣ ਲੱਗ ਪਏ। ਜਿੱਦਾਂ ਤੁਹਾਡਾ ਪਹਿਲਾ ਕੁਐਸਚਨ ਸੀ ਕਿ EMC ਦੀ ਸਫਲਤਾ ਦਾ ਰਾਜ ਕੀ ਹੈ, ਤਾਂ EMC ਦੀ ਸਫਲਤਾ ਦਾ ਰਾਜ ਕੀ ਹੈ ਕਿ ਜੇ ਰਾਤ ਨੂੰ ਕੋਈ ਬੱਚਾ ਜਾਂ ਟਰੋਮਾ ਨਾਲ ਆ ਗਿਆ ਜਾਂ ਬਿਮਾਰ ਆ ਗਿਆ, ਬਿਕੋਜ਼ ਰਾਤ ਨੂੰ ਜਿਹੜਾ ਮਰੀਜ਼ ਬਿਮਾਰ ਹੁੰਦਾ ਉਹਦੀ ਜੇਬ 'ਚੋਂ ਪੈਸੇ ਨਹੀਂ ਹੁੰਦੇ ਜਾਂ ਬੈਂਕ 'ਚ ਹੁੰਦੇ, ਤਾਂ ਉਹਦੇ ਕੋਲ ਪੈਸੇ ਨਹੀਂ ਮੰਗੇ ਜਾਣਗੇ, ਉਹਦੀ ਜਿਹੜੀ ਇਨੀਸ਼ੀਅਲ ਫਸਟ ਏਡ ਹੈ ਦੈਟ ਵਿਲ ਬੀ ਗਿਵਨ ਫਰੀ ਆਫ ਕੋਸਟ ਜਿੰਨੇ ਵੀ ਬੱਚੇ ਆ ਜੀ, ਅਤੇ ਇਹ ਅਸੀਂ ਕਰਦੇ ਹਾਂ। ਅੱਛਾ ਡਾਕਟਰ ਸਾਹਿਬ, ਪੇਸ਼ੈਂਟ ਅਤੇ ਡਾਕਟਰ ਦਾ ਰਿਲੇਸ਼ਨਸ਼ਿਪ ਵਧਾਉਣ ਵਾਸਤੇ ਵੀ ਕਿਆ ਕੁਛ ਕਿਆ ਕੀਤਾ ਜਾਂਦਾ? ਆਮ ਤੌਰ 'ਤੇ ਤਾਂ ਸ਼ਿਕਾਇਤ, ਦੇਖੋ ਤੁਸੀਂ ਹਰ ਜਗ੍ਹਾ ਅਵੇਲੇਬਲ? ਬਿਲਕੁਲ ਜੀ, ਬਿਲਕੁਲ। ਤੁਹਾਡੇ ਕੋਲ ਇਸ ਵੇਲੇ ਕਿੰਨੇ ਬੈੱਡ ਦੀ ਫੈਸਿਲਿਟੀ ਹੈ? ਨਾਲ ਹੀ ਦੇ ਸਵਾਲ ਹੈ ਮੇਰਾ। ਦੇਖੋ, ਟੋਟਲ ਅਸੀਂ 1100 ਬੈੱਡ ਰਨ ਕਰ ਰਹੇ ਹਾਂ ਹੁਣ ਪੰਜਾਬ 'ਚ, ਸਾਡੇ ਹੋਸਪਿਟਲ ਜਲੰਧਰ ਵੀ ਨੇ ਜੀ, ਅੰਮ੍ਰਿਤਸਰ ਵੀ ਨੇ ਜੀ, ਬਟਾਲਾ ਵੀ ਹੈ ਜੀ, ਧਾਰੀਵਾਲ ਵੀ ਹੈ ਅਤੇ ਗੁਰਦਾਸਪੁਰ ਵੀ ਹੈ। ਅਤੇ ਮੈਨੂੰ ਲੱਗਦਾ ਕਿ ਪੇਸ਼ੈਂਟ ਅਤੇ ਡਾਕਟਰ ਰਿਲੇਸ਼ਨਸ਼ਿਪ ਵਾਸਤੇ ਅਸੀਂ ਕਾਲ ਸੈਂਟਰ ਵਿੰਗ ਬਣਾ ਰੱਖਿਆ ਜੀ। ਹੁਣ ਕਾਲ ਸੈਂਟਰ ਵਿੰਗ ਦਾ ਕੰਮ ਕੀ ਹੈ ਕਿ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਈ ਹੈ, ਜਾਏ ਉਹ ਕੰਸਲਟੇਸ਼ਨ ਵਾਈਜ਼ ਆਈ ਹੈ ਜਾਂ ਫੂਡ ਰਿਲੇਟਡ ਆਈ ਹੈ, ਕਲੀਨਲੈਸ ਰਿਲੇਟਡ ਆਈ ਹੈ, ਹਰ ਰੂਮ 'ਚ ਇੱਕ ਨੰਬਰ ਲੱਗਾ ਹੋਇਆ, ਉਹ ਉੱਤੇ ਕਾਲ ਕਰ ਸਕਦਾ, ਆਪਣੀ ਕੰਪਲੇਂਟ ਲੌਜ ਕਰ ਸਕਦਾ, ਐਂਡ ਮੀਨਵਾਈਲ ਜੇ ਸਾਨੂੰ ਲੱਗਦਾ ਕਿ ਇਹਨੂੰ ਕੰਸਲਟੇਸ਼ਨ ਹੋਣੇ ਤਾਂ ਹੋਣੀ ਚਾਹੀਦੀ ਹੈ, ਤਾਂ ਕਾਲ ਸੈਂਟਰ ਵਾਲੇ ਉਸੇ ਟਾਈਮ ਸਾਡੇ ਕੰਸਲਟੈਂਟ ਨੂੰ ਕਾਲ ਕਰਕੇ ਉਹਦੀ ਕਾਨਫਰੰਸ 'ਤੇ ਗੱਲ ਕਰਾ ਦਿੰਦੇ ਆ। ਇਹਦੇ ਨਾਲ ਕੀ ਹੈ ਕਿ ਜਿਹੜਾ ਪੇਸ਼ੈਂਟ ਦਾ ਸੈਟਿਸਫੈਕਸ਼ਨ ਰੇਟ ਹੈ ਉਹ ਬਹੁਤ ਜ਼ਿਆਦਾ ਵੱਧ ਜਾਂਦਾ ਹੈ, ਅਤੇ ਹੁਣ ਅਸੀਂ ਨਹੀਂ ਚਾਹੁੰਦੇ ਕਿ ਮਰੀਜ਼ ਬਿਮਾਰ ਹੋਏ, ਪਰ ਜਦੋਂ ਅਗਲੀ ਵਾਰੀ ਉਹ ਬਿਮਾਰ ਹੁੰਦਾ ਜਾਂ ਉਹਦੇ ਉਸਦੇ ਘਰ ਦਾ ਕੋਈ ਬਿਮਾਰ ਹੁੰਦਾ ਉਹ ਸਾਨੂੰ ਯਾਦ ਕਰਦਾ। ਡਾਕਟਰ, ਕਰੋਨਾ ਵਰਗੀ ਮਹਾਂਮਾਰੀ ਆਈ ਸੀ, ਦੇਖੋ ਨਾ ਬੈੱਡ ਨਹੀਂ ਸੀ ਮਿਲ ਰਹੇ, ਤੁਹਾਨੂੰ ਕੀ ਲੱਗਦਾ ਵੀ ਐਸੀਆਂ ਚੀਜ਼ਾਂ ਨਾਲ ਨਿਪਟਣ ਵਾਸਤੇ ਹੋਰ ਮੈਡੀਕਲ ਫੈਸਿਲਿਟੀਜ਼ ਕਿਆ ਲਿਆਉਣ ਦੀ ਲੋੜ ਹੈ, ਜਾਂ ਸਾਡੇ ਸ਼ਹਿਰ 'ਚ
ਜਾਂ ਪ੍ਰਾਈਵੇਟ ਸੈਕਟਰ 'ਚ ਜਾਂ ਗਵਰਨਮੈਂਟ ਸੈਕਟਰ 'ਚ? ਦੇਖੋ ਪੈਂਡੈਮਿਕਸ ਜਿੱਦਾਂ ਆਉਂਦੀਆਂ, ਹੁਣ ਐਮਪੋਕਸ ਚੱਲ ਰਿਹਾ ਪੂਰੇ, ਪੈਂਡੈਮਿਕ ਹੋ ਰਹੀ ਹੈ, ਮੰਕੀ ਪੋਕਸ, ਅਤੇ ਇਹ ਕੀ ਕਰਦਾ ਹੈ ਕਿ ਤੁਹਾਨੂੰ ਵੀ ਇੱਕ ਸਿੱਖਣ ਨੂੰ ਮਿਲਦਾ ਐਂਡ ਤੁਸੀਂ, ਤੁਹਾਡਾ ਸੈਂਟਰ ਵੀ ਅਪਗ੍ਰੇਡ ਹੁੰਦਾ ਜੀ। ਹੋ ਸਕਦਾ ਸੀ ਕਿ ਉਦੋਂ ਸਾਡੇ ਕੋਲ 20 ਵੈਂਟੀਲੇਟਰ ਸੀ, ਉਸ ਤੋਂ ਬਾਅਦ ਅਸੀਂ ਉਸ ਬਿਮਾਰੀ ਨੂੰ ਦੇਖਦੇ ਹੋਏ ਆਪਣੀ ਵੈਂਟੀਲੇਟਰ ਫੈਸਿਲਿਟੀ ਹੋਰ ਵਧਾ ਦਿੱਤੀ ਜਾਵੇ। ਸੋ ਇਹ ਪੇਸ਼ੈਂਟ ਦੀ ਡਿਮਾਂਡ 'ਤੇ ਹੈ ਕਿ ਅਸੀਂ ਆਪਣੇ ਸੈਂਟਰ ਨੂੰ ਕਿਸ ਤਰ੍ਹਾਂ ਇਕੁਇਪ ਕਰਨਾ। ਅੱਛਾ ਸਰ, ਕਈ ਵਾਰੀ ਨਾ ਸੁਣਨ ਨੂੰ ਮਿਲਿਆ ਵੀ ਇੱਕ ਹੋਸਪਿਟਲ ਖੋਲਿਆ, ਦੋ ਖੋਲਿਆ, ਫਿਰ ਮਤਲਬ ਕਹਿੰਦੇ ਜੀ ਪਤਾ ਨਹੀਂ ਕਿ ਇਹਨਾਂ ਕੋਲ ਕਿਹੜੀ ਗਿੱਦੜ ਸਿੰਘੀ ਹੈ ਜੀ, ਸਾਰੇ ਹਸਪਤਾਲ ਹੀ ਹਸਪਤਾਲ ਖੋਲੀ ਜਾਂਦੇ ਆ। ਮਤਲਬ ਕੁਛ ਮੈਡੀਕਲ ਨੋਨ, ਦੇਖੋ ਤੁਹਾਡੇ ਕੋਲ ਬਿਲਕੁਲ ਬਿਲਕੁਲ, ਉਹਨੂੰ ਫਿਰ ਕਿਵੇਂ ਫੇਸ ਕਰਦੇ? ਦੇਖੋ ਇਹ 'ਚ ਕੀ ਹੈ ਕਿ ਸਾਡੀ 100% ਕੋਸ਼ਿਸ਼ ਰਹਿੰਦੀ ਹੈ ਕਿ ਜਿੱਥੋਂ ਦਾ ਏਰੀਆ ਹੈ ਉੱਥੋਂ ਦੇ ਲੋਕਲ ਡਾਕਟਰਸ ਨੂੰ ਨਾਲ ਲੈ ਕੇ ਚੱਲਿਆ ਜਾਵੇ, ਬਿਕੋਜ਼ ਉਹ ਇੰਨੇ ਸਾਲਾਂ ਦੀ ਪ੍ਰੈਕਟਿਸ ਕਰ ਰਹੇ ਆ, ਉਹਨਾਂ ਦੀ ਆਪਣੀ ਕ੍ਰੈਡੀਬਿਲਟੀ ਹੈ। ਜਦੋਂ ਉਹ ਸਾਡੇ ਨਾਲ ਆ ਜਾਂਦੇ ਆ, ਅਸੀਂ ਆਪਣੇ ਡਾਕਟਰਸ, ਆਪਣੇ ਯੂਨਿਟ ਹੈੱਡ, ਆਪਣੇ ਸੁਪਰਵਾਈਜ਼ਰਸ, ਅਕਾਊਂਟਸ, ਦੇਰ ਆਰ ਮਲਟੀਪਲ ਇਹੋ ਜਿਹੇ ਡਿਪਾਰਟਮੈਂਟਸ, ਉਹ ਇੱਕ ਕਾਰਪੋਰੇਟ ਦਾ ਜਿਹੜਾ ਕਹੋ ਕਿ ਵੈਕੈਂਸੀ ਰੂਲ ਹੈ ਕਿ ਆਪਾਂ ਨੂੰ ਉਹ ਬੰਦੇ ਇੱਕ ਸੈਂਟਰ 'ਚ ਫਿੱਟ ਕਰਨੇ ਹੀ ਪੈਣੇ ਆ ਜੇ ਆਪਾਂ ਇੱਕ ਫਸਟ ਕਲਾਸ ਹੈਲਥ ਕੇਅਰ ਫੈਸਿਲਿਟੀ ਪ੍ਰੋਵਾਈਡ ਕਰਨੀ ਹੈ ਜੀ। ਦਿਸ ਇਜ਼ ਵਟ ਵੀ ਡੂ, ਅਤੇ ਉਹ ਰੱਬ ਦੀ ਦਇਆ ਨਾਲ ਜੀ ਵਧੀਆ ਚੱਲੀ ਜਾਂਦਾ। ਨਹੀਂ ਸਰ, ਕਈ ਵਾਰੀ ਇਹ ਨਹੀਂ ਡਾਕਟਰ ਸਾਹਿਬ ਲੱਗਦਾ ਵੀ ਕਈ ਲੋਕ ਸੋਚਦੇ ਆ ਤੁਹਾਡੇ ਕੋਲ ਗੱਲਾਂ ਪਹੁੰਚਦੀਆਂ ਹੋਣੀਆਂ, ਦੇਖੋ ਕਿਹੜੀ ਗੱਲ ਨਹੀਂ ਬੰਦੇ ਨੂੰ ਪਤਾ, ਆਪਾਂ ਵੀ ਇਸੇ ਸਮਾਜ 'ਚ ਰਹਿੰਦੇ ਜੀ, ਬਿਲਕੁਲ ਪਤਾ ਨਹੀਂ ਯਾਰ ਇਹਨਾਂ ਕੋਲ ਕੀ ਐਸੀ ਚੀਜ਼ ਆ ਵੀ ਇੱਕ ਤੋਂ 10 ਹਸਪਤਾਲ 'ਤੇ ਪਹੁੰਚ ਗਏ, ਅਸੀਂ ਉੱਥੇ ਉੱਥੇ ਖੜੇ ਹਾਂ, ਦੇਖੋ ਜਾਂ ਅਸੀਂ ਨੌਕਰੀ ਕਰੀ ਜਾਂਦੇ ਹਾਂ। ਦੇਖੋ ਸਾਡਾ ਹੋਰ ਵੀ ਪਲਾਨ ਹੈ, ਹੁਣ ਜਿੱਦਾਂ ਅਪੋਲੋ ਹੈ, ਦੇਅਰ ਔਰ ਅਦਰ ਮਲਟੀਪਲ ਕਾਰਪੋਰੇਟਸ, ਹੁਣ ਅਸੀਂ ਕਾਰਪੋਰੇਟ ਬਣ ਗਏ ਹਾਂ, ਸਾਡੇ ਕੋਲ ਉਹ ਮੋਡਿਊਲ ਆ ਗਿਆ ਹੈ, ਅਤੇ ਵਾਈ ਨੋਟ ਐਕਸਪੈਂਡ ਜੀ। ਮਤਲਬ ਕੰਮ ਕਰਨ ਦਾ ਤਰੀਕਾ ਆ ਗਿਆ, ਕੰਮ ਕਰਨ ਦਾ ਤਰੀਕਾ ਜੀ, ਅਤੇ ਗਾਈਡੈਂਸ ਹੈ ਜੀ, ਇੱਕ ਗਾਈਡੈਂਸ ਹੈ, ਇੱਕ ਰੂਲ ਹੈ ਜਿਹੜੇ ਮੇਰੇ ਫਾਦਰ ਸਾਹਿਬ ਦੇ ਬਣਾਏ ਹੋਏ ਹੈ, ਉਸੇ ਰੂਲਸ ਨੂੰ ਫੋਲੋ ਕਰਨਾ ਹੈ। ਜੇ ਸਖਸ ਇਹ ਕਹਿ ਦਈਏ ਕਿ EMC ਹੋਸਪਿਟਲ ਦੀ ਜਾਂ EMC ਗਰੁੱਪ ਆਫ ਹੋਸਪਿਟਲ ਦੀ ਸਕਸੈਸ ਦਾ ਰਾਜ ਹੀ ਹੈ ਕਿ ਜਿਹੜੀਆਂ ਉਹਨਾਂ ਨੇ ਲਾਈਨਸ ਡਰਾ ਕੀਤੀਆਂ, ਯੈਸ, ਉਸੇ ਲਾਈਨ 'ਤੇ ਚੱਲਣਾ, ਉਹਨੂੰ ਫੋਲੋ, ਉਹਨੂੰ ਸੱਜੇ ਖੱਬੇ ਨਹੀਂ ਹੁੰਦੇ, ਸੱਜੇ ਖੱਬੇ ਨਹੀਂ ਹੁੰਦੇ। ਜਦੋਂ ਅਸੀਂ ਕਿਸੇ ਵੀ ਆਪਣੇ ਸਟਾਫ ਨੂੰ ਗਾਈਡਲਾਈਨ ਹੀ ਨਹੀਂ ਦੇਵਾਂਗੇ ਕਿ ਯਾਰ ਤੁਸੀਂ ਇਹ ਗਲਤ ਕੰਮ ਕਰ ਲਓ, ਓਬਵੀਅਸਲੀ ਉਹਦਾ ਧਿਆਨ ਉਸ ਪਾਸੇ ਜਾਏਗਾ ਹੀ ਨਹੀਂ। ਡਾਕਟਰ ਸਾਹਿਬ, ਦਰਸ਼ਕਾਂ ਨੂੰ ਕਿਆ, ਮਤਲਬ ਪੇਸ਼ੈਂਟਸ ਨੂੰ ਕਿਆ ਮੈਸੇਜ ਦੇਣਾ ਚਾਹੁੰਦੇ ਹੋ? ਪੇਸ਼ੈਂਟ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਦੇਖੋ ਅਸੀਂ ਐਡਵਰਟੀਜ਼ਮੈਂਟ ਵੀ ਕਰਦੇ ਰਹਿੰਦੇ ਹਾਂ, ਅਤੇ ਪ੍ਰੈਫਰ ਕਰੀਦਾ ਕਿ ਉਹ ਪੰਜਾਬੀ ਮਾਧਿਅਮ 'ਚ ਹੀ ਹੋਵੇ ਕਿ ਸਮਝ ਆ ਜਾਏ ਮਰੀਜ਼ ਨੂੰ, ਸਮਝ ਲੈਂਗੁਏਜ, ਆਸਾਨ ਲੈਂਗੁਏਜ, ਉਹਦੀ ਲੇਮੈਨ ਲੈਂਗੁਏਜ ਹੋਵੇ ਕਿ ਮੈਂ ਹੁਣ ਆਪਣੀ ਟੈਕਨੀਕਲ ਲੈਂਗੁਏਜ 'ਚ ਬੋਲ ਰਿਹਾ ਮੈਡੀਕਲ, ਜਦੋਂ ਮਰੀਜ਼ ਨੂੰ ਸਮਝ ਹੀ ਨਹੀਂ ਆਈ ਤਾਂ ਉਹ ਮੇਰੇ ਉਹ ਇੰਟਰਵਿਊ ਦਿੱਤੇ ਦਾ ਜਾਂ ਐਡਵਰਟੀਜ਼ਮੈਂਟ ਕੀਤੇ ਦਾ ਕੋਈ ਫਾਇਦਾ ਨਹੀਂ ਹੈ ਜੀ। ਡਾਕਟਰ ਸਾਹਿਬ, ਇੱਕ ਡਾਕਟਰ ਅਤੇ ਪੇਸ਼ੈਂਟ ਦੇ ਵਿੱਚ ਜਿਹੜਾ ਵਧੀਆ ਰਿਲੇਸ਼ਨ, ਇਹ ਕਿਵੇਂ ਬਣ ਸਕਦਾ? ਦੇਖੋ ਆਮ ਤੌਰ 'ਤੇ ਜਿਹੜਾ ਆਰੋਪ ਲੱਗ ਜਾਂਦਾ ਜੀ ਵੀ ਡਾਕਟਰ, ਮਤਲਬ ਜਦੋਂ ਆਉਣਾ ਉਦੋਂ ਡਾਕਟਰ ਰੱਬ ਆ, ਜਦੋਂ ਜਾਣ ਦੀ ਵਾਰੀ ਆਉਂਦੀ ਕਹਿੰਦੇ ਸ਼ੈਤਾਨਿਆ। ਦੇਖੋ ਇਹ ਤਾਂ ਰੱਬ ਦਾ ਰੂਲ ਹੈ ਜੀ, ਜਦੋਂ ਵੀ ਕੋਈ ਬਚਦਾ ਤਾਂ ਬੰਦਾ ਇਹੀ ਕਹਿੰਦਾ ਕਿ ਰੱਬ ਨੇ ਬਚਾ ਲਿਆ, ਡਾਕਟਰ ਤਾਂ ਇੱਕ ਮਾਧਵ ਨੇ ਜੀ। ਜਾਣ ਲੱਗਿਆ ਸ਼ੈਤਾਨ ਕੋ ਦਿਖਦਾ ਆਉਂਦਿਆਂ ਦਾ ਰੱਬ, ਇਹ ਮਾਇੰਡਸੈਟ ਦੀ ਗੱਲ ਹੈ ਜੀ ਸਾਰੀ। ਪਰ ਇੱਕ ਡਾਕਟਰ ਪੇਸ਼ੈਂਟ ਦੇ ਰਿਲੇਸ਼ਨਸ਼ਿਪ ਦਾ ਅਸਲੀ ਜਿਹੜਾ ਮੇਨ ਮੋਟੋ ਹੋਣਾ ਚਾਹੀਦਾ, ਦੈਟ ਸ਼ੁੱਡ ਬੀ ਕੌਨਫੀਡੈਂਸ਼ਲਿਟੀ। ਜੇ ਕਿਸੇ ਪੇਸ਼ੈਂਟ ਨੂੰ ਕੋਈ ਵੀ ਤਕਲੀਫ ਹੈ ਮੈਡੀਕਲ, ਪਹਿਲੀ ਗੱਲ ਇੱਕ ਡਾਕਟਰ ਦਾ ਫਰਜ਼ ਹੋਣਾ ਚਾਹੀਦਾ ਕਿ ਉਸ ਪ੍ਰੋਬਲਮ ਨੂੰ, ਉਹਦੀ ਉਸ ਬਿਮਾਰੀ ਨੂੰ ਉਹ ਉਹਦੇ ਵਿੱਚ ਹੀ ਰੱਖੇ, ਇਟ ਸ਼ੁੱਡ ਬੀ ਵਨ ਵੇ ਜੀ। ਉਹ ਮਤਲਬ ਜਿੱਦਾਂ ਕਈਆਂ ਦੀ ਆਦਤ ਹੁੰਦੀ ਹੈ ਕਿ ਮੈਂ ਇਹਦੀ ਬਿਮਾਰੀ ਉਹਨੂੰ ਦੱਸਤੀ, ਅਤੇ ਉਹ ਤੋਂ ਉਹਦੇ ਨਾਲ ਕੀ ਹੁੰਦਾ ਕਿ ਜਿਹੜਾ ਡਾਕਟਰ ਅਤੇ ਪੇਸ਼ੈਂਟ ਦਾ ਰਿਲੇਸ਼ਨ ਹੈ ਉਹ ਖਰਾਬ ਹੋ ਜਾਂਦਾ। ਚਲੋ ਇਸ ਤਰ੍ਹਾਂ ਡਾਕਟਰ ਰਿਸ਼ਭ, ਡਾਕਟਰ ਸਾਹਿਬ ਤੁਸੀਂ ਕੁਛ ਹੋਰ ਕਹਿਣਾ ਚਾਹੋ? ਹਾਂਜੀ, ਮੈਂ ਇੱਕ ਤਾਂ ਆਪਾਂ ਸਪੈਸ਼ਲਿਟੀ ਦੀ ਗੱਲ ਕਰ ਰਹੇ ਸੀ ਜੀ, ਅਤੇ ਉਹਦੇ ਵਿੱਚ ਇਹ ਦੱਸਣਾ ਚਾਹਾਂਗਾ ਕਿ ਜਿੱਦਾਂ ਅੰਮ੍ਰਿਤਸਰ ਸ਼ਹਿਰ ਹੈ, ਇਹਦੇ ਵਿੱਚ ਸਭ ਤੋਂ ਵੱਧ ਗੈਸਟ੍ਰਿਕ ਸਰਜਰੀਜ਼ EMC ਹੋਸਪਿਟਲ ਕਰ ਰਿਹਾ, ਜਿੰਨੀ ਵਿਪਲਸ ਹੋ ਰਹੀ ਹੈ ਪੈਨਕ੍ਰੈਟਿਕ ਕੈਂਸਰ ਦੀ। ਵੀ ਹੈਵ ਡਾਕਟਰ ਰੋਹਿਤ ਧਵਨ, ਹੀ ਇਜ਼ ਦ ਓਨਲੀ ਵਨ ਇਨ ਅੰਮ੍ਰਿਤਸਰ ਹੂ ਇਜ਼ ਅ ਗੈਸਟ੍ਰੋ ਸਰਜਨ। ਅੱਛਾ ਜੀ।
ਦੂਜੀ ਗੱਲ ਆਪਾਂ ਕਰੀਏ ਟਰੋਮਾ, ਅਸੀਂ ਟਰੋਮਾ ਕ੍ਰੈਟਲ ਕਰਦੇ ਹਾਂ, ਟਰੋਮਾ ਵਾਸਤੇ ਸਾਡੇ ਕੋਲ ਡਾਕਟਰ ਸਾਹਿਲ ਨੇ ਜਿਹੜੇ MCH ਟਰੋਮਾ ਕ੍ਰਿਟੀਕਲ ਕੇਅਰ ਨੇ, ਹੀ ਇਜ਼ ਦ ਓਨਲੀ ਵਨ ਇਨ ਪੰਜਾਬ ਜੀ ਜਿਹੜਾ ਟਰੋਮਾ ਹੈਂਡਲ ਕਰ ਸਕਦਾ ਕਿਸੇ ਵੀ ਤਰ੍ਹਾਂ ਦਾ। ਪੇਟ ਦੀ ਲੈਪਰੋਟਮੀ ਕਰਨੀ ਹੈ, ਹੀ ਕੈਨ ਹੈਂਡਲ, ਨਿਊਰੋ ਸਪਾਈਨ ਹੀ ਕੈਨ ਹੈਂਡਲ, ਔਰਥੋ ਹੀ ਕੈਨ ਹੈਂਡਲ, ਮਾਈਕਰੋਵੈਸਕੂਲਰ ਸਰਜਰੀਜ਼ ਹੀ ਕੈਨ ਹੈਂਡਲ, ਕ੍ਰਿਟੀਕਲ ਕੇਅਰ ਆਲਸੋ ਹੀ ਕੈਨ ਹੈਂਡਲ, ICU ਆਲਸੋ। ਸੋ ਇਹ ਬੜਾ ਹੀ ਵਾਸਟ ਡੋਮੇਨ ਹੈ। ਸੋ ਇਹੋ ਜਿਹੇ ਡਾਕਟਰ ਜਿਹੜੇ ਹੈ ਉਹ ਇੱਕ ਚੰਗੇ ਕਾਰਪੋਰੇਟ ਹੋਸਪਿਟਲ 'ਚ ਬਹੁਤ ਜ਼ਰੂਰੀ ਚਾਹੀਦੇ ਆ। ਮਤਲਬ ਦੇਖੋ ਤੁਹਾਡੀ ਜਿਹੜਾ ਪਹਿਲੇ ਗੱਲ ਤੁਸੀਂ ਕਹੀ ਹੈ ਵੀ ਬਿਲਡਿੰਗਾਂ ਬਣਾਉਣ ਦੇ ਨਾਲ ਤੇ ਹਸਪਤਾਲ ਬਣ ਨਹੀਂ ਜਾਂਦੇ, ਹਸਪਤਾਲ ਬਣਨੇ ਆ ਉੱਥੇ ਤੁਸੀਂ ਕੀ ਫੈਸਿਲਿਟੀ ਬਿਲਡਿੰਗ 'ਤੇ ਦਿੱਤੀ ਬਣਾ। ਹੁਣ ਤੁਹਾਡੇ ਕੋਲ ਸੁਪਰ ਸਪੈਸ਼ਲਿਟੀ ਡਾਕਟਰ ਵੀ ਨੇ, ਇੱਕ ਤੁਸੀਂ ਹੋਰ ਕੋਈ ਸ਼ਹਿਰ ਵਾਸਤੇ ਨਵਾਂ ਪ੍ਰੋਜੈਕਟ ਲੈ ਕੇ ਆ ਰਹੇ ਹੋ? ਹਾਂਜੀ, ਸਾਡਾ ਪਲਾਨ ਚੱਲ ਰਿਹਾ ਜੀ ਹੁਣ ਓਨਕੋਲੋਜੀ ਨੂੰ ਲੈ ਕੇ ਚੱਲ ਰਿਹਾ, ਐਂਡ ਵੈਰੀ ਸੂਨ ਵੀਲ ਬੀ ਬ੍ਰਿੰਗਿੰਗ ਫੁੱਲ ਓਨਕੋਲੋਜੀ ਸੈਂਟਰ, ਕਿਉਂਕਿ ਜਿੱਦਾਂ ਦੇਖਿਆ ਜਾ ਰਿਹਾ ਕਿ ਬਠਿੰਡਾ ਬੈਲਟ ਜਾਂ ਤੁਸੀਂ ਇਹ ਬੈਲਟ ਲੈ ਲਓ, ਇੱਥੇ ਕੈਂਸਰ ਦੀ ਜਿਹੜੀ ਪੇਸ਼ੈਂਟਸ ਨੂੰ ਮਾਤਰਾ ਬਹੁਤ ਜ਼ਿਆਦਾ ਹੈ। ਚਲੋ, ਇੱਕ ਤੁਹਾਡਾ ਇੱਕ ਹੋਰ ਪ੍ਰੋਜੈਕਟ ਹੈ ਜੀ ਜਿੱਥੇ ਸਿਰਫ ਕਹਿੰਦੇ ਨਾ ਵੀ ਲੇਡੀਜ਼ ਵਾਸਤੇ ਬੋਰਨ ਬੇਬੀਜ਼ ਕ੍ਰੈਡਲ। ਯੈਸ, ਅਤੇ ਵੈਰੀ ਸੂਨ ਸਰ ਅਗਲੇ ਮੰਥ ਹੀ ਅਸੀਂ ਜਿਹੜਾ ਹੈ ਅਕਤੂਬਰ 'ਚ ਹੀ, 9 September ਇਜ਼ ਗੋਇੰਗ ਔਨ, ਅਕਤੂਬਰ 'ਚ ਅਸੀਂ ਇੱਕ EMC ਕ੍ਰੈਡਲ ਲੈ ਕੇ ਆ ਰਹੇ ਹਾਂ ਜੀ। ਉਹਦੇ ਵਿੱਚ ਜਿਹੜਾ ਮਦਰ ਐਂਡ ਚਾਈਲਡ ਕੇਅਰ ਨੂੰ ਅਸੀਂ ਲੈ ਕੇ ਆ ਰਹੇ ਹਾਂ, ਐਂਡ ਜਿਹਦੇ ਵਿੱਚ ਨਿਕੂ ਪਿਕੂ ਹੋਏਗਾ, 24/7 ਗਾਇਨੈਕ, ਪੀਡੈਟ੍ਰੀਸ਼ੀਅਨ, ਨਿਊਰੋਟੋਲੋਜਿਸਟ, ਇਹਦੀ ਫੈਸਿਲਿਟੀ ਹੋਏਗੀ, ਜਿਹੜੀ ਕਿ ਲੋਕਾਂ ਨੂੰ ਇੱਧਰ ਉੱਧਰ ਰਾਤ ਨੂੰ ਭੱਜਣ ਦੀ ਲੋੜ ਨਾ ਪਏ। ਕਿਉਂਕਿ ਰਾਤੀ ਜਦੋਂ ਪਹਿਲੇ 3 ਮਹੀਨਿਆਂ 'ਚ ਜਿਹੜਾ ਛੋਟਾ ਬੱਚਾ ਹੁੰਦਾ ਨਾ, ਜਦੋਂ ਉਹ ਰੋਂਦਾ ਅਤੇ ਘਰਦਿਆਂ ਨੂੰ ਵੀ ਸਮਝ ਨਹੀਂ ਆਉਂਦੀ ਕਿ ਇਹ ਰੋ ਕਿਉਂ ਰਿਹਾ, ਇਹਦੇ ਗੈਸ ਹੋ ਗਈ ਹੈ ਜਾਂ ਕੀ ਰੀਜ਼ਨ ਹੈ ਜੀ। ਸੋ ਰਾਤ ਦੀ ਜਿਹੜੀ ਕੰਸਲਟੇਸ਼ਨ ਹੈ ਕਿ ਉਹ ਪੇਸ਼ੈਂਟ ਡਾਕਟਰ ਰਿਲੇਸ਼ਨਸ਼ਿਪ ਜਿਹੜੀ ਤੁਸੀਂ ਕਹਿ ਰਹੇ ਸੀ, ਉਹ ਬੜੀ ਜ਼ਰੂਰੀ ਹੈ ਕਿ ਇਹ ਬਣ ਜਾਵੇ ਤਾਂ ਪੇਸ਼ੈਂਟ ਜਿਹੜਾ ਹੈ ਉਹ ਫੋਨ ਕਰ ਰਿਹਾ ਡਾਕਟਰ ਨੂੰ ਰਾਤ ਨੂੰ ਵੀ, ਔਰ ਟੈਕਸਟ ਕਰ ਰਿਹਾ ਕਿ ਮੇਰਾ ਬੱਚਾ ਰੋ ਰਿਹਾ ਜੀ, ਅਤੇ ਉਹ ਉਹਨੂੰ ਦੱਸ ਦੇ ਕਿ ਤੁਸੀਂ ਇਹਨੂੰ ਇਹ ਡਰੋਪਸ ਦੇ ਦਿਓ, ਪੇਸ਼ੈਂਟ ਬੱਚਾ ਵਿਲ ਬੀ ਫਾਈਨ। ਧੰਨਵਾਦ ਸਾਡੇ ਨਾਲ ਗੱਲ ਕਰਨ ਲਈ। ਇਹ ਸਨ ਡਾਕਟਰ ਰਿਸ਼ਭ, EMC ਹੋਸਪਿਟਲ ਦੇ ਡਾਇਰੈਕਟਰ ਨੇ। ਕਿਸ ਤਰ੍ਹਾਂ ਦੋਹਰੀ ਤੇਰੀ ਜ਼ਿੰਮੇਵਾਰੀ ਨਿਭਾ ਰਹੇ ਨੇ, ਮਰੀਜ਼ਾਂ ਨੂੰ ਵੀ ਦੇਖ ਰਹੇ ਨੇ ਅਤੇ ਹੋਸਪਿਟਲ ਦੇ ਵਾਸ਼ਰੂਮ ਵੀ ਜਾ ਕੇ ਸਾਫ਼ ਕਰਾਉਂਦੇ ਨੇ। ਇਹਨਾਂ ਦਾ ਕਹਿਣਾ, ਦੇਖੋ ਸਫਲਤਾ ਦਾ ਰਾਜ, ਅੱਜ EMC ਹੋਸਪਿਟਲ ਦੇ ਕਰੀਬ ਕਰੀਬ 10 ਹੋਸਪਿਟਲ ਹੋ ਚੱਲੇ ਨੇ। ਇਹਨਾਂ ਦੇ ਫਾਦਰ ਪਵਨ ਅਰੋੜਾ, ਉਹਨਾਂ ਨੇ ਮਿਹਨਤ ਕੀਤੀ ਹੈ ਅਤੇ ਬਾਕੀ ਪੇਸ਼ੈਂਟਸ ਨਾਲ ਇਹਨਾਂ ਨੇ ਜਿਹੜਾ ਆਪਣਾ ਰਿਸ਼ਤਾ ਬਣਾਇਆ ਨਾ, ਉਹ ਬਹੁਤ ਇੰਪੋਰਟੈਂਟ ਆ। ਇਹ ਸ਼ਹਿਰ ਦੇ ਵਿੱਚ, ਸ਼ਹਿਰ ਨੂੰ EMC ਹੋਸਪਿਟਲ ਦੀ ਦੇਣ ਆ, ਹੋਰ ਵੀ ਕੁਛ ਸਪੈਸ਼ਲਿਟੀ ਲੈ ਕੇ ਆ ਰਹੇ ਨੇ, ਅਤੇ ਸਾਡੇ ਵੱਲੋਂ ਇਹਨਾਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ। ਥੈਂਕ ਯੂ ਸਰ। ਨਮਸਕਾਰ, ਸਤਿ ਸ਼੍ਰੀ ਅਕਾਲ।